ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਯਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ ਅੱਜ ਬਣਾਵਾਂਗੇ ਆਪਾਂ ਬੱਚਿਆਂ ਲਈ ਅਤੇ ਵੱਡਿਆਂ ਲਈ ਸਾਰਿਆਂ ਲਈ ਬਹੁਤ ਹੀ ਪੌਸ਼ਟਿਕ ਨਾਸ਼ਤਾ ਅਤੇ ਖੂਬ ਸਾਰੀਆਂ ਸਬਜ਼ੀਆਂ ਨਾਲ ਇਹ ਨਾਸ਼ਤਾ ਆਪਾਂ ਤਿਆਰ ਕਰਾਂਗੇ ਬਹੁਤ ਹੀ ਕਲਰਫੁੱਲ ਨਾਸ਼ਤਾ ਇਹ ਬਣ ਕੇ ਤਿਆਰ ਹੁੰਦਾ ਹੈ ਬੱਚੇ ਜ਼ਿਆਦਾਤਰ ਸਬਜ਼ੀਆਂ ਨਹੀਂ ਖਾਂਦੇ ਜਦੋਂ ਤੁਸੀਂ ਇਸ ਤਰੀਕੇ ਨਾਲ ਬੱਚਿਆਂ ਨੂੰ ਇਹ ਨਾਸ਼ਤਾ ਬਣਾ ਕੇ ਦਿਓਗੇ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਤੁਸੀਂ ਬੱਚਿਆਂ ਦੇ ਲੰਚ ਬਾਕਸ ਵਿੱਚ ਵੀ ਇਹ ਨਾਸ਼ਤਾ ਦੇ ਸਕਦੇ ਹੋ ਅਤੇ ਆਪਣੇ ਲਈ ਵੀ ਤੁਸੀਂ ਇਹ ਨਾਸ਼ਤਾ ਹਫ਼ਤੇ 'ਚ ਇੱਕ ਤੋਂ ਦੋ ਵਾਰ ਜ਼ਰੂਰ ਬਣਾਓ ਬਹੁਤ ਹੀ ਪੌਸ਼ਟਿਕ ਨਾਸ਼ਤਾ ਬਣ ਕੇ ਤਿਆਰ ਹੁੰਦਾ ਹੈ ਅਤੇ ਬਹੁਤ ਹੀ ਘੱਟ ਤੇਲ ਵਿੱਚ ਆਪਾਂ ਇਹ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ ਜੇ ਤੁਹਾਨੂੰ ਮੇਰੀ ਰੈਸਪੀਜ਼ ਪਸੰਦ ਆਉਂਦੀਆਂ ਹਨ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜੋ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈਲ ਆਈਕਨ ਜੋ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਅਤੇ ਆਓ ਸਬਜ਼ੀਆਂ ਨਾਲ ਭਰਪੂਰ ਬਹੁਤ ਹੀ ਕਲਰਫੁੱਲ ਨਾਸ਼ਤਾ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਬਾਊਲ ਵਿੱਚ ਆਪਾਂ 1 ਕੱਪ ਬੇਸਣ ਪਾਵਾਂਗੇ ਬੇਸਣ ਨੂੰ ਆਪਾਂ ਛਾਣ ਕੇ ਹੀ ਲਵਾਂਗੇ ਅਤੇ ਕੱਪ ਦਾ ਆਪਾਂ ਤੀਸਰਾ ਹਿੱਸਾ ਜਿਹੜਾ ਹੈ ਸੂਜੀ ਲੈਣੀ ਹੈ ਸੂਜੀ ਨਾਲ ਨਾਸ਼ਤਾ ਬਹੁਤ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੁੰਦਾ ਹੈ ਹੁਣ ਆਪਾਂ ਦਹੀਂ ਲਿਆ ਹੈ ਦਹੀਂ ਨੂੰ ਮੈਂ ਫੈਂਟ ਕੇ ਲਿਆ ਹੈ 4 ਵੱਡੇ ਚਮਚ ਆਪਾਂ ਇੱਥੇ ਦਹੀਂ ਪਾਵਾਂਗੇ ਦਹੀਂ ਨਾਲ ਨਾਸ਼ਤਾ ਬਹੁਤ ਜ਼ਿਆਦਾ ਹੈਲਦੀ ਬਣ ਜਾਂਦਾ ਹੈ ਤੁਸੀਂ ਸਿਰਫ ਪਾਣੀ ਵਿੱਚ ਵੀ ਇਹ ਵਾਲਾ ਜਿਹੜਾ ਹੈ ਬੈਟਰ ਤਿਆਰ ਕਰ ਸਕਦੇ ਹੋ ਪਰ ਆਪਾਂ ਦਹੀਂ ਪਾਵਾਂਗੇ ਦਹੀਂ ਨਾਲ ਹੈਲਦੀ ਨਾਸ਼ਤਾ ਬਣ ਕੇ ਤਿਆਰ ਹੋਏਗਾ ਹਲਕਾ ਜਿਹਾ ਮਿਕਸ ਕਰਾਂਗੇ ਹੁਣ ਆਪਾਂ ਇੱਥੇ ਪਾਣੀ ਲਿਆ ਹੈ ਪਾਣੀ ਆਪਾਂ ਜ਼ਰੂਰਤ ਦੇ ਅਨੁਸਾਰ ਲਵਾਂਗੇ ਹਲੇ ਮੈਂ ਇੱਥੇ 1/4 ਕੱਪ ਪਾਣੀ ਦਾ ਯੂਜ਼ ਕੀਤਾ ਹੈ ਤਾਂ ਆਪਾਂ ਇਹਨੂੰ ਮਿਕਸ ਕਰਾਂਗੇ ਥੋੜ੍ਹੇ ਜਿਹਾ ਪਾਣੀ ਇਹਦੇ ਵਿੱਚ ਆਪਾਂ ਹੋਰ ਪਾਵਾਂਗੇ ਟੋਟਲ 1 ਕੱਪ ਪਾਣੀ ਦਾ ਹਲੇ ਮੈਂ ਯੂਜ਼ ਕੀਤਾ ਹੈ ਤਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਬਹੁਤ ਚੰਗੀ ਤਰ੍ਹਾਂ ਆਪਾਂ ਇਸ ਬੈਟਰ ਨੂੰ ਮਿਕਸ ਕਰਨਾ ਹੈ ਤਾਂ ਕਿ ਇਹਦੇ ਵਿੱਚ ਕੋਈ ਵੀ ਲੰਬਸ ਜਾਂ ਗੁਟਲੀ ਨਾ ਰਹਿ ਜਾਵੇ ਬਹੁਤ ਹੀ ਅੱਛੇ ਤਰ੍ਹਾਂ ਆਪਾਂ ਬਿਲਕੁਲ ਸਮੂਥ ਜਿਹੜਾ ਹੈ ਇਹ ਬੈਟਰ ਤਿਆਰ ਕਰਾਂਗੇ ਬੈਟਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਹੁਣ ਆਪਾਂ ਇਹਨੂੰ 10 ਮਿੰਟ ਢੱਕ ਕੇ ਰੱਖ ਦੇਵਾਂਗੇ ਤਾਂ ਕਿ ਸੂਜੀ ਅਤੇ ਬੇਸਣ ਚੰਗੀ ਤਰ੍ਹਾਂ ਨਾਲ ਫੁੱਲ ਜਾਵੇ ਹੁਣ 10 ਮਿੰਟ ਹੋ ਚੁੱਕੇ ਹਨ ਹੁਣ ਆਪਾਂ ਬੈਟਰ ਦੇਖਦੇ ਹਾਂ ਬੈਟਰ ਥੋੜ੍ਹਾ ਜਿਹਾ ਫੁੱਲ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਸਾਡਾ ਬੈਟਰ ਫੁੱਲ ਗਿਆ ਹੈ ਹਲਕਾ ਜਿਹਾ ਆਪਾਂ ਮਿਕਸ ਕਰਾਂਗੇ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਪਾਣੀ ਹੋਰ ਪਾਵਾਂਗੇ ਟੋਟਲ ਇੱਥੇ ਮੈਂ 1 ਕੱਪ ਤੋਂ ਥੋੜ੍ਹਾ ਜਿਹਾ ਉੱਪਰ ਪਾਣੀ ਪਾਇਆ ਹੈ 1/4 ਕੱਪ ਇੱਥੇ ਮੈਂ ਪਾਣੀ ਦਾ ਯੂਜ਼ ਕੀਤਾ ਹੈ ਅਤੇ ਬੈਟਰ ਨੂੰ ਆਪਾਂ ਇਸ ਤਰੀਕੇ ਦਾ ਕਰ ਲਵਾਂਗੇ ਹੁਣ ਬੈਟਰ ਦੀ ਕੰਸਿਸਟੈਂਸੀ ਬਿਲਕੁਲ ਸਹੀ ਹੈ ਹੁਣ ਆਪਾਂ ਇਹਦੇ ਵਿੱਚ ਕੁਝ ਮਸਾਲੇ ਪਾਵਾਂਗੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਸਵਾਦ ਅਨੁਸਾਰ ਨਮਕ ਚੰਮੇ ਦਾ 1/4 ਹਿੱਸਾ ਪਾਵਾਂਗੇ ਕਾਲੀ ਮਿਰਚ ਦਾ ਪਾਊਡਰ ਚੰਮੇ ਦਾ 1/4 ਹਿੱਸਾ ਪਾਵਾਂਗੇ ਆਪਾਂ ਚਿਲੀ ਫਲੇਕਸ ਚੰਮੇ ਦਾ 1/4 ਹਿੱਸਾ ਹਲਦੀ ਪਾਊਡਰ ਪਾਵਾਂਗੇ ਹਲਦੀ ਪਾਊਡਰ ਤੁਸੀਂ ਇਹਦੇ ਵਿੱਚ ਜ਼ਰੂਰ ਪਾਇਓ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ 1 ਵਾਰੀ ਮਿਕਸ ਕਰ ਲਵਾਂਗੇ ਮਸਾਲੇ ਹੁਣ ਮੈਂ ਚੰਗੀ ਤਰ੍ਹਾਂ ਨਾ ਬੈਟਰ ਵਿੱਚ ਮਿਕਸ ਕਰ ਲਏ ਹਨ ਹੁਣ ਆਪਾਂ ਇਹਦੇ ਵਿੱਚ ਖੂਬ ਸਾਰੀਆਂ ਕਲਰਫੁੱਲ ਸਬਜ਼ੀਆਂ ਪਾਵਾਂਗੇ ਥੋੜ੍ਹੀ ਜਿਹੀ ਮੈਂ ਬੰਦ ਗੋਭੀ ਕੱਟ ਕੇ ਲਈ ਹੈ ਸ਼ਿਮਲਾ ਮਿਰਚ ਨੂੰ ਕੱਟ ਕੇ ਲਿਆ ਹੈ ਬਿਲਕੁਲ ਬਰੀਕ ਕੱਟਿਆ ਹੈ ਗਾਜਰ ਨੂੰ ਬਿਲਕੁਲ ਬਰੀਕ ਕੱਟ ਕੇ ਲਿਆ ਹੈ ਫਲੀਆਂ ਵੀ ਬਰੀਕ ਕੱਟ ਕੇ ਲਈਆਂ ਹਨ ਹਰਾ ਧਨੀਆ ਬਰੀਕ ਕੱਟ ਕੇ ਲਿਆ ਹੈ ਥੋੜ੍ਹੀ ਜਿਹੀ ਮੈਂ ਬਰੋਕਲੀ ਵੀ ਇੱਥੇ ਬਰੀਕ ਕੱਟ ਕੇ ਲਈ ਹੈ ਟਮਾਟਰ ਨੂੰ ਬਿਲਕੁਲ ਬਰੀਕ ਕੱਟ ਲਿਆ ਹੈ ਹਰੀ ਮਿਰਚ ਨੂੰ ਆਪਾਂ ਬਿਲਕੁਲ ਬਰੀਕ ਕੱਟ ਲਿਆ ਹੈ 1 ਪਿਆਜ਼ ਨੂੰ ਬਿਲਕੁਲ ਬਰੀਕ ਕੱਟ ਲਿਆ ਹੈ ਸਬਜ਼ੀਆਂ ਸਾਰੀਆਂ ਬਰੀਕ ਕੱਟ ਕੇ ਹੀ ਲੈਣੀਆਂ ਹਨ ਅਤੇ ਸਬਜ਼ੀਆਂ ਸਾਰੀਆਂ ਮੈਂ 2 ਚਮਚ ਦੇ ਆਸ ਪਾਸ ਹੀ ਲਈਆਂ ਹਨ ਤੁਸੀਂ ਆਪਣੀ ਮਨਪਸੰਦ ਦੀ ਕੋਈ ਵੀ ਸਬਜ਼ੀ ਇਹਦੇ ਵਿੱਚ ਪਾ ਸਕਦੇ ਹੋ ਤੁਸੀਂ ਇੱਥੇ ਫੁੱਲ ਗੋਭੀ ਨੂੰ ਬਰੀਕ ਕੱਟ ਕੇ ਪਾ ਸਕਦੇ ਹੋ ਮਟਰਾਂ ਤੁਸੀਂ ਹਲਕਾ ਜਿਹਾ ਮੈਸ਼ ਕਰਕੇ ਇੱਥੇ ਪਾ ਸਕਦੇ ਹੋ ਸਬਜ਼ੀਆਂ ਬਹੁਤ ਹੀ ਵਧੀਆ ਕਲਰਫੁੱਲ ਲੱਗ ਰਹੇ ਹਨ ਬਹੁਤ ਹੀ ਹੈਲਦੀ ਬਣ ਕੇ ਨਾਸ਼ਤਾ ਤਿਆਰ ਹੋਏਗਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਬੈਟਰ ਹਲੇ ਥੋੜ੍ਹਾ ਜਿਹਾ ਮੈਨੂੰ ਗਾੜਾ ਲੱਗ ਰਿਹਾ ਹੈ ਇਹਦੇ ਵਿੱਚ ਆਪਾਂ ਬਿਲਕੁਲ ਥੋੜ੍ਹਾ ਜਿਹਾ ਪਾਣੀ ਪਾਵਾਂਗੇ ਇੱਥੇ ਮੈਂ 2 ਕੁ ਚਮਚ ਪਾਣੀ ਦੇ ਪਾਏ ਹਨ ਤਾਂ ਮਿਕਸ ਕਰ ਲਵਾਂਗੇ ਸਾਡਾ ਬਹੁਤ ਹੀ ਹੈਲਦੀ ਸਬਜ਼ੀਆਂ ਵਾਲਾ ਬੈਟਰ ਹੁਣ ਤਿਆਰ ਹੈ ਹੁਣ ਇੱਥੇ ਥੋੜ੍ਹੀਆਂ ਜਿਹੀਆਂ ਪ੍ਰੀ ਕੱਟ ਕੇ ਸਬਜ਼ੀਆਂ ਲਈਆਂ ਹਨ ਇਹਨਾਂ ਨੂੰ ਆਪਾਂ ਜਿਹੜਾ ਚੀਲਾ ਬਣਾਵਾਂਗੇ ਉਹਦੇ ਉੱਪਰ ਆਪਾਂ ਡੈਕੋਰੇਟ ਕਰਾਂਗੇ ਇੱਥੇ ਮੈਂ ਬੀਟਰੂਟ ਚੁਕੰਦਰ ਲਿਆ ਹੈ ਇਹਨੂੰ ਇਸ ਕਰਕੇ ਮੈਂ ਬੈਟਰ ਵਿੱਚ ਨਹੀਂ ਪਾਇਆ ਕਿਉਂਕਿ ਇਹ ਕਲਰ ਛੱਡੇਗਾ ਇਸ ਕਰਕੇ ਆਪਾਂ ਇਹਨੂੰ ਉੱਪਰ ਦੀ ਡੈਕੋਰੇਟ ਕਰਾਂਗੇ ਹੁਣ ਗੈਸ ਉੱਪਰ ਤਵਾ ਰੱਖਿਆ ਹੈ ਤਵਾ ਹੁਣ ਗਰਮ ਹੋ ਗਿਆ ਹੈ 1/2 ਚਮਚ ਤੇਲ ਪਾਵਾਂਗੇ ਤੇਲ ਨੂੰ ਆਪਾਂ ਹਲਕਾ ਜਿਹਾ ਪਹਿਲਾਂ ਬ੍ਰਸ਼ ਨਾਲ ਇਸ ਤਰ੍ਹਾਂ ਸਾਰੇ ਤਵੇ ਦੇ ਉੱਪਰ ਲਗਾ ਦੇਵਾਂਗੇ ਤਵੇ 'ਤੇ ਲਗਾਉਣ ਤੋਂ ਬਾਅਦ ਆਪਾਂ 1 ਟਿਸ਼ੂ ਪੇਪਰ ਲਵਾਂਗੇ ਟਿਸ਼ੂ ਪੇਪਰ ਨਾਲ ਆਪਾਂ ਸਾਰਾ ਤੇਲ 1 ਵਾਰੀ ਸਾਫ਼ ਕਰ ਦੇਵਾਂਗੇ ਅਤੇ ਬਿਲਕੁਲ ਆਪਾਂ ਇਸੇ ਤਰੀਕੇ ਨਾਲ ਹੀ ਇਹਦੇ ਉੱਪਰ ਇਹ ਸਾਰੇ ਚੀਲੇ ਬਣਾ ਕੇ ਤਿਆਰ ਕਰਾਂਗੇ ਤਵਾ ਹੁਣ ਮੀਡੀਅਮ ਜਿਹਾ ਗਰਮ ਹੈ ਇਹਦੇ ਉੱਪਰ ਆਪਾਂ ਛੋਟੇ ਛੋਟੇ ਇਹ ਬੇਸਣ ਦੇ ਚੀਲੇ ਪਾਵਾਂਗੇ ਇਸ ਤਰੀਕੇ ਦੇ ਨਾਲ
जे तुसी अपने वास्ते बना रहे हो तुसी वड्डे वड्डे इत्थे चीले पा सकते हो, तुसी इहदे उपर एक चीला वड्डा भी बना सकते हो तवे दे उपर, पर मैं छोटे छोटे चीले बना रही हूँ क्योंकि बच्चों नूं इस तरीके का जिहड़ा है खाना ज़्यादा अच्छा लगता है। बच्चे छोटे छोटे चीज़ें खा के ज़्यादा खुश रहते हैं, बच्चे बहुत ही खुश हो के यह खाएंगे। हुण मैं चार चीले तवे उपर पाए हैं तो फ्लेम नूं हल्ले आपां लो कर देवांगे, तो गिले गिले चीलियां दे उपर दी आपां इह जिहड़े साडे सब्जियां कट्टियां सीगियां उह पा देवांगे। हल्कियां हल्कियां आपां सारियां सब्जियां स्प्रिंकल कर देवांगे। जे चीले ड्राई हो जाणगे तां सब्जियां चिपकाउणियां मुश्किल हो जांदियां हन, इस करके आपां गिले गिले जिहड़े चीले हन इहनां दे उपर दीआं सब्जियां स्प्रिंकल कर देवांगे। सारियां सब्जियां जिहड़ियां सन मैं इत्थे बीटरूट लिया सीगा, चुकंदर ਬਰੀਕ ਕੱਟੀਆਂ ਫਲੀਆਂ ਲਈਆਂ ਸੀਗੀਆਂ, ਪਿਆਜ਼ ਬਰੀਕ ਕੱਟ ਕੇ ਲਿਆ ਸੀ ਅਤੇ ਗਾਜਰ ਲਈ ਸੀਗੀ। ਇਹ ਸਾਰੀਆਂ ਚੀਜ਼ਾਂ ਆਪਾਂ ਇਹਦੇ ਉੱਪਰ ਡੈਕੋਰੇਟ ਕੀਤੀਆਂ ਹਨ। ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਸਾਡੇ ਇਹ ਜਿਹੜੇ ਚੀਲੇ ਲੱਗ ਰਹੇ ਹਨ, ਇੱਕਦਮ ਕਲਰਫੁੱਲ ਲੱਗ ਰਹੇ ਹਨ, ਬਹੁਤ ਹੀ ਅੱਛੇ ਲੱਗ ਰਹੇ ਹਨ। ਹੁਣ ਆਪਾਂ ਮੀਡੀਅਮ ਫਲੇਮ ਦੇ ਉੱਪਰ ਇਹਨਾਂ ਚੀਲਿਆਂ ਨੂੰ ਜਿਹੜਾ ਸੇਕ ਲਵਾਂਗੇ। ਇਹਦੇ ਉੱਪਰ ਆਪਾਂ ਹਲਕਾ ਜਿਹਾ ਤੇਲ ਪਾਵਾਂਗੇ, ਇਸ ਤਰੀਕੇ ਨਾਲ ਚਾਰੋਂ ਸਾਈਡ 'ਤੇ ਆਪਾਂ ਇਹਦੇ ਤੇਲ ਪਾਵਾਂਗੇ, ਹਲਕਾ ਜਿਹਾ ਤੇਲ ਉੱਪਰ ਦੀ ਵੀ ਪਾਵਾਂਗੇ। ਹਲਕਾ ਜਿਹਾ ਆਪਾਂ ਉੱਪਰ ਦੀ ਪ੍ਰੈਸ ਕਰਾਂਗੇ ਇਹਨਾਂ ਸਬਜ਼ੀਆਂ ਨੂੰ ਤਾਂ ਕਿ ਇਹ ਚੰਗੀ ਤਰ੍ਹਾਂ ਨਾਲ ਸੈੱਟ ਹੋ ਜਾਣ ਚੀਲਾ ਦੇ ਅੰਦਰ। ਅਤੇ ਹੁਣ ਆਪਾਂ ਇਹਨਾਂ ਦੀ ਸਾਈਡ ਵੀ ਇੱਕ ਵਾਰੀ ਚੇਂਜ ਕਰਕੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਇਹ ਨੀਚੋਂ ਬਣੇ ਹਨ। ਬਹੁਤ ਹੀ ਵਧੀਆ ਇਹ ਜਿਹੜੇ ਉੱਠ ਗਏ ਹਨ ਤਵੇ ਤੋਂ, ਬਹੁਤ ਹੀ ਵਧੀਆ ਗੋਲਡਨ ਨੀਚੋਂ ਹੋ ਗਏ ਹਨ। ਸਾਰੇ ਚੀਲੇ ਆਪਾਂ ਇਸੇ ਤਰੀਕੇ ਨਾਲ ਇਸ ਤਰ੍ਹਾਂ ਉਲਟ ਪੁਲਟ ਕਰ ਦੇਵਾਂਗੇ। ਹੁਣ ਮੈਂ ਇਹਨਾਂ ਸਾਰਿਆਂ ਦੀ ਜਿਹੜੀ ਸਾਈਡ ਚੇਂਜ ਕਰ ਦਿੱਤੀ ਹੈ, ਹਲਕਾ ਹਲਕਾ ਉੱਪਰੋਂ ਪ੍ਰੈਸ ਕਰਾਂਗੇ ਇੱਦਾਂ, ਅਤੇ ਆਪਾਂ ਇਹਨੂੰ ਮੀਡੀਅਮ ਜਿਹੇ ਫਲੇਮ ਦੇ ਉੱਪਰ ਸੇਕ ਲਵਾਂਗੇ। ਦੋ ਕੁ ਮਿੰਟ ਬਾਅਦ ਆਪਾਂ ਇਸੇ ਤਰ੍ਹਾਂ ਪਏ ਰਹਿਣ ਦੇਵਾਂਗੇ। ਹੁਣ ਆਪਾਂ ਇਹਨਾਂ ਦੀ ਸਾਈਡ ਫਿਰ ਚੇਂਜ ਕਰਾਂਗੇ। ਹੁਣ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਕਲਰਫੁੱਲ ਜਿਹੜੇ ਸਾਡੇ ਚੀਲਾ ਸਿੱਕੇ ਤਿਆਰ ਹੋ ਗਏ ਹਨ, ਬਹੁਤ ਹੀ ਅੱਛੇ ਲੱਗ ਰਹੇ ਹਨ। ਗੋਲਡਨ ਜਿਹਾ ਇਹ ਕਲਰ ਇਹਨਾਂ ਦਾ ਆ ਗਿਆ ਹੈ ਦੋਨੋਂ ਸਾਈਡ ਤੋਂ। ਹਲਕਾ ਜਿਹਾ ਆਪਾਂ ਇੱਕ ਵਾਰੀ ਫਿਰ ਸੇਕ ਲਵਾਂਗੇ ਇਹਨਾਂ ਨੂੰ। ਇੱਕ ਵਾਰੀ ਆਪਾਂ ਇਹਦੀ ਸਾਈਡ ਚੇਂਜ ਕਰਕੇ ਦੇਖਦੇ ਹਾਂ, ਨੀਚੇ ਤੋਂ ਬਹੁਤ ਹੀ ਵਧੀਆ ਗੋਲਡਨ ਜਿਹੜੇ ਹਨ ਸਾਡੇ ਇੱਕ ਚੀਲਾ ਤਿਆਰ ਹੋ ਗਏ ਹਨ। ਹੁਣ ਆਪਾਂ ਇਹਨਾਂ ਚੀਲਿਆਂ ਨੂੰ ਨੀਚੇ ਉਤਾਰ ਲਵਾਂਗੇ ਕਿਉਂਕਿ ਬਿਲਕੁਲ ਬਣ ਕੇ ਇਹ ਤਿਆਰ ਹਨ, ਤਾਂ ਪਲੇਟ ਵਿੱਚ ਆਪਾਂ ਇਹਨਾਂ ਨੂੰ ਰੱਖ ਲਵਾਂਗੇ। ਹੁਣ ਮੈਂ ਇੱਕ ਬੈਚ ਤਿਆਰ ਕਰ ਲਿਆ ਹੈ, ਇਸੇ ਤਰੀਕੇ ਨਾਲ ਆਪਾਂ ਦੂਸਰਾ ਬੈਚ ਵੀ ਤਿਆਰ ਕਰ ਲਵਾਂਗੇ। ਤਵੇ ਉੱਪਰ ਹਲਕਾ ਜਿਹਾ ਤੇਲ ਪਾਵਾਂਗੇ, ਹਲਕਾ ਜਿਹਾ ਆਪਾਂ ਇਹਨੂੰ ਟਿਸ਼ੂ ਪੇਪਰ ਨਾਲ ਸਾਫ਼ ਕਰ ਲਵਾਂਗੇ। ਤਾਂ ਮੀਡੀਅਮ ਗਰਮ ਤਵੇ ਦੇ ਉੱਪਰ ਆਪਾਂ ਇਹ ਸਾਰੇ ਜਿਹੜੇ ਚੀਲੇ ਪਾ ਦੇਵਾਂਗੇ। ਹੁਣ ਵੀ ਆਪਾਂ ਚਾਰ ਚੀਲਾ ਹੀ ਇਹਦੇ ਉੱਪਰ ਪਾਵਾਂਗੇ। ਜਦੋਂ ਇੱਕ ਵਾਰੀ ਪਹਿਲਾ ਬੈਚ ਬਣ ਜਾਂਦਾ ਹੈ ਤਾਂ ਅਗਲੇ ਬੈਚ ਫਟਾਫਟ ਬਣ ਕੇ ਤਿਆਰ ਹੋ ਜਾਂਦੇ ਹਨ। ਅਤੇ ਹੁਣ ਫਟਾਫਟ ਆਪਾਂ ਇਹਦੇ ਉੱਪਰ ਦੀ ਸਬਜ਼ੀਆਂ ਜਿਹੜੀਆਂ ਅਸੀਂ ਕੱਟ ਕੇ ਰੱਖੀਆਂ ਉਹ ਡੈਕੋਰੇਟ ਕਰ ਦੇਵਾਂਗੇ। ਅਤੇ ਸਬਜ਼ੀਆਂ ਨੂੰ ਹੁਣ ਮੈਂ ਇਹਨਾਂ ਦੇ ਉੱਪਰ ਡੈਕੋਰੇਟ ਕਰਤਾ ਹੈ, ਬਹੁਤ ਵਧੀਆ ਲੱਗ ਰਹੀਆਂ ਹਨ, ਤੁਸੀਂ ਦੇਖ ਸਕਦੇ ਹੋ ਬਹੁਤ ਹੀ ਅੱਛੇ ਸਾਡੇ ਇਹ ਜਿਹੜੇ ਚੀਲਾ ਬਣ ਕੇ ਤਿਆਰ ਹੋਣਗੇ। ਹਲਕਾ ਜਿਹਾ ਆਪਾਂ ਇਹਨਾਂ ਨੂੰ ਪ੍ਰੈਸ ਕਰਾਂਗੇ। ਹੁਣ ਆਪਾਂ ਉੱਪਰ ਦੀ ਹਲਕਾ ਹਲਕਾ ਤੇਲ ਪਾ ਕੇ ਇਹਨਾਂ ਨੂੰ ਇਸ ਤਰੀਕੇ ਨਾਲ ਸੇਕ ਲਵਾਂਗੇ। ਹੁਣ ਆਪਾਂ ਇਹਨਾਂ ਦੀ ਸਾਈਡ ਚੇਂਜ ਕਰ ਦੇਵਾਂਗੇ, ਬਹੁਤ ਹੀ ਆਰਾਮ ਨਾਲ ਇਹਨਾਂ ਦੀ ਸਾਈਡ ਜਿਹੜੀ ਚੇਂਜ ਹੋ ਜਾਂਦੀਆਂ ਹਨ। ਤੁਸੀਂ ਇਹਨਾਂ ਨੂੰ ਲੋਹੇ ਦੇ ਤਵੇ ਦੇ ਉੱਪਰ ਵੀ ਬਣਾ ਸਕਦੇ ਹੋ, ਬਹੁਤ ਹੀ ਆਰਾਮ ਨਾਲ ਇਹ ਬਣ ਜਾਂਦੇ ਹਨ। ਅਤੇ ਹਲਕਾ ਹਲਕਾ ਪ੍ਰੈਸ ਕਰਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਗੋਲਡਨ ਹੋਣ ਤੱਕ ਸੇਕ ਲਵਾਂਗੇ। ਹੁਣ ਸਾਡੇ ਚੀਲਾ ਇਹ ਵਾਲੇ ਬਣ ਕੇ ਬਿਲਕੁਲ ਤਿਆਰ ਹਨ, ਅਤੇ ਇਹਨਾਂ ਨੂੰ ਆਪਾਂ ਪਲੇਟ ਵਿੱਚ ਕੱਢ ਲਵਾਂਗੇ। ਬਹੁਤ ਹੀ ਕਲਰਫੁੱਲ ਅਤੇ ਬਹੁਤ ਹੀ ਪੌਸ਼ਟਿਕ ਸਾਡਾ ਨਾਸ਼ਤਾ ਬਣ ਕੇ ਬਿਲਕੁਲ ਤਿਆਰ ਹੈ। ਆਪਾਂ ਇਹਨੂੰ ਗ੍ਰੀਨ ਚਟਨੀ ਅਤੇ ਟਮੈਟੋ ਕੈਚਅਪ ਨਾਲ ਸਰਵ ਕੀਤਾ ਹੈ, ਬਹੁਤ ਹੀ ਅੱਛੇ ਲੱਗ ਰਹੇ ਹਨ। ਹੁਣ ਆਪਾਂ ਤੁਹਾਨੂੰ ਇਹ ਚੀਲਾ ਇੱਕ ਜਿਹੜਾ ਤੋੜ ਕੇ ਦਿਖਾਵਾਂਗੇ ਕਿ ਅੰਦਰੋਂ ਕਿੰਨਾ ਵਧੀਆ ਹੈ, ਬਹੁਤ ਹੀ ਕਲਰਫੁੱਲ ਅਤੇ ਸਬਜ਼ੀਆਂ ਨਾਲ ਭਰਪੂਰ ਇਹ ਚੀਲਾ ਬਣ ਕੇ ਤਿਆਰ ਹੋਇਆ ਹੈ। ਹੁਣ ਆਪਾਂ ਇਹਨੂੰ ਗ੍ਰੀਨ ਚਟਨੀ ਨਾਲ ਖਾਵਾਂਗੇ, ਬਹੁਤ ਹੀ ਮਜ਼ਾ ਆਏਗਾ ਖਾ ਕੇ। ਜਿੰਨਾ ਇਹ ਨਾਸ਼ਤਾ ਦੇਖਣ 'ਚ ਵਧੀਆ ਲੱਗ ਰਿਹਾ, ਖਾਣ 'ਚ ਉਸ ਤੋਂ ਵੀ ਜ਼ਰਾ ਟੇਸਟੀ ਹੈ। ਤੁਸੀਂ ਵੀ ਮੇਰੇ ਤਰੀਕੇ ਨਾਲ ਇਹ ਵਾਲਾ ਨਾਸ਼ਤਾ ਜ਼ਰੂਰ ਟਰਾਈ ਕਰਨਾ, ਫਿਰ ਮੈਨੂੰ ਦੱਸਣਾ ਕਿ ਤੁਹਾਡਾ ਨਾਸ਼ਤਾ ਕਿਸ ਤਰ੍ਹਾਂ ਬਣਿਆ। ਤਾਂ ਫਿਰ ਮਿਲਦੇ ਕਿਸੇ ਇਸ ਤਰ੍ਹਾਂ ਦੇ ਹੋਰ ਟੇਸਟੀ ਅਤੇ ਡਿਲੀਸ਼ੀਅਸ ਰੈਸਪੀ ਦੇ ਨਾਲ, ਅਤੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।